ਹੁਣ ਅਫਸੋਸ ਜਨਕ ਖਬਰ ਸਾਂਝੀ ਕਰਦੇ ਹਾਂ ਪ੍ਰਸਿੱਧ ਫਿਲਮ ਅਦਾਕਾਰ ਅਤੇ ਸਿਵਲ ਰਾਈਟਸ ਕਾਰਕੁਨ ਸਿਡਨੀ ਪੋਟੀਏ ਦੀ 94 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ ਪੋਟੀਏ ਅਕੈਡਮੀ ਅਵਾਰਡ ਜਿੱਤਣ ਵਾਲੇ ਪਹਿਲੇ ਬਲੈਕ ਕਲਾਕਾਰ ਸਨ ਉਹਨਾਂ ਨੇ ਅਵਾਰਡ 1964 ਵਿੱਚ ਫਿਲਮ ਲਿਲੀਜ਼ ਆਫ ਦ ਫੀਲਡ ਵਿੱਚ ਆਪਣੀ ਭੂਮਿਕਾ ਲਈ ਜਿੱਤਿਆ ਸੀ ਉਹ ਮੰਨੀ ਪਰਮੰਨੀ ਸ਼ਖਸੀਅਤ ਸਨ ਅਤੇ ਉਹਨਾਂ ਦੇ ਕੰਮ ਲਈ ਉਹਨਾਂ ਨੂੰ ਦੂਸਰਾ ਆਨਰੈਰੀ ਆਸਕਰ ਵੀ ਮਿਲਿਆ ਫਿਲਮਾਂ ਵਿੱਚ ਉਹਨਾਂ ਦੇ ਅਹਿਮ ਪ੍ਰਦਰਸ਼ਨ ਲਈ ਉਹਨਾਂ ਫਿਲਮਸ ਵਿੱਚ ਇਨ ਦ ਹੀਟ ਆਫ ਦ ਨਾਈਟ ਗੈਸ ਹੂਜ਼ ਕਮਿੰਗ ਟੂ ਡਿਨਰ ਅਤੇ ਅ ਰੇਜ਼ਨ ਇਨ ਦ ਸਨ ਸ਼ਾਮਿਲ ਹਨ ਪੋਟੀਏ ਇੱਕ ਪ੍ਰਮੁੱਖ ਸਿਵਲ ਰਾਈਟਸ ਕਾਰਕੁਨ ਵੀ ਸਨ ਅਤੇ ਇੱਕ ਦਹਾਕੇ ਤੱਕ ਉਹਨਾਂ ਜਪਾਨ ਵਿੱਚ ਬਹਾਮੀਅਨ ਰਾਜਦੂਤ ਵਜੋਂ ਵੀ ਸੇਵਾ ਨਿਭਾਈ ਫਿਲਹਾਲ ਉਹਨਾਂ ਦੀ ਮੌਤ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ